ਪਰਮਾਤਮਾ ਨੇ ਵੀ ਆਪਦਾ 10% ਤਾਂ ਰਿਲੀਜ਼ ਕਰਨਾ ਜੇ 90% ਤੁਹਾਡੇ ਐਫਰਟਸ ਹੋਣਗੇ। ਜੇ ਤੁਸੀਂ ਆਪਦੇ 90% ਐਫਰਟਸ ਨਹੀਂ ਲਗਾਓਗੇ ਨਾ, ਤਾਂ ਉਹ ਪਰਮਾਤਮਾ ਨੇ ਵੀ ਆਪਦਾ 10% ਰਿਲੀਜ਼ ਨਹੀਂ ਕਰਨਾ। ਉਹ ਵੀ ਉਹਨਾਂ ਦੇ ਨਾਲ ਖੜੂਗਾ ਜਿਹੜੇ ਮਿਹਨਤ ਕਰਨਗੇ, ਫਲ ਉਹਨਾਂ ਨੂੰ ਮਿਲੂਗਾ ਜਿਹੜੇ ਬੱਚੇ ਮਿਹਨਤ ਕਰਨਗੇ। ਠੀਕ ਹੈ ਨਾ? ਤਾਂ ਜਿਹੜੇ ਬੱਚੇ ਲੇਮ ਐਕਸਕਿਊਜ਼ ਕਰਦੇ ਨਾ, ਤਾਂ ਉਹ ਬੱਚੇ ਇਸ ਸਟੋਰੀ ਨੂੰ ਜ਼ਰੂਰ ਸੁਣਨ, ਤਾਂ ਉਹਨਾਂ ਨੂੰ ਸਮਝ ਆਊਗੀ ਕਿ ਸਾਡੇ ਸਾਰੇ ਐਕਸਕਿਊਜ਼ ਲੇਮ ਨੇ। 2017 ਦੇ ਵਿੱਚ ਇਸ ਯੂਪੀ ਦੇ ਬੱਚੇ ਦਾ ਸੂਰਜ ਦਾ ਐਕਸੀਡੈਂਟ ਹੋ ਜਾਂਦਾ ਤੇ ਇਹਦੇ ਦੋਨੋਂ ਲੈਗਸ ਚਲੀ ਆ ਜਾਂਦੀ ਆ, ਇਹਦਾ ਦੋਨੋਂ ਇਹਦੇ ਆਰਮਸ ਚਲੀ ਆ ਜਾਂਦੀ ਆ। ਤਾਂ ਇਸ ਬੱਚੇ ਦੇ ਐਕਸੀਡੈਂਟ ਦੇ ਵਿੱਚ ਗ੍ਰੈਜੂਏਸ਼ਨ ਦੇ ਟਾਈਮ ਇਹਦੇ ਬਾਡੀ ਦੇ ਆਰਗਨਸ ਖਤਮ ਹੋ ਜਾਂਦੇ। ਤੁਸੀਂ ਤਾਂ ਸਾਰੇ ਬਾਈ ਗੋਡ ਗ੍ਰੇਸ ਫਿੱਟ ਹੋਣਾ, ਤਾਂ ਇਹਨੂੰ ਕਦੇ ਵੀ ਗਰੰਟਿਡ ਨਾ ਲਿਆ ਕਰੋ ਬੱਚੇ, ਨੈਵਰ ਟੇਕ ਇਟ ਗਰੰਟਿਡ। ਕਿਉਂਕਿ ਆਪਣੇ ਬਾਡੀ ਦੇ ਸਾਰੇ ਆਰਗਨਸ ਕੰਮ ਕਰਦੇ ਆ ਨਾ, ਤਾਂ ਇਟ ਮੀਨਸ ਅਸੀਂ ਫਿਜ਼ੀਕਲੀ ਫਿੱਟ ਆ, ਅਸਲੀ ਮੈਂਟਲੀ ਫਿੱਟ ਆ, ਤਾਂ ਅਸੀਂ ਕੁਛ ਵੀ ਕਰ ਸਕਦੇ ਹਾਂ ਜੋ ਅਸੀਂ ਸੋਚ ਲਿਆ। ਤਾਂ ਬਹੁਤ ਸਾਰੇ ਕਹਿੰਦੇ ਇਹ ਤਾਂ ਸਾਰਿਆਂ ਕੋਲੇ ਹੀ ਆ, ਸਾਰਿਆਂ ਕੋਲੇ ਨਹੀਂ ਹੈ। ਕਿਸੇ ਵੀ ਡੈਫ ਐਂਡ ਡੰਬ ਸਕੂਲ ਜਾਓ, ਸਾਰਿਆਂ ਕੋਲੇ ਨਹੀਂ ਹੈ। ਬਹੁਤ ਸਾਰੇ ਲੋਕ ਕਰਨਾ ਨਹੀਂ ਚਾਹੁੰਦੇ, ਬਹੁਤ ਸਾਰੇ ਲੋਕ ਕਰ ਨਹੀਂ ਸਕਦੇ। ਜਦੋਂ ਤੁਸੀਂ ਡਿਸੇਬਲਡ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਕਰ ਨਹੀਂ ਸਕਦੇ, ਐਫ ਡਿਸਐਫੀਸ਼ੀਐਂਸੀ ਆ ਜਾਂਦੀ ਹੈ। ਪਰ ਜੇ ਤੁਹਾਡੀ ਨੀਅਤ ਹੀ ਖਰਾਬ ਆ, ਤੁਹਾਡੀ ਡੈਡੀਕੇਸ਼ਨ ਹੀ ਨਹੀਂ ਹੈ, ਤੁਹਾਡਾ ਮਾਈਂਡ ਸੈਟ ਹੀ ਨਹੀਂ ਹੈ ਕਿ ਤੁਸੀਂ ਕਰਨਾ ਹੀ ਨਹੀਂ ਚਾਹੁੰਦੇ, ਡੈਟ ਇਜ਼ ਅ ਡਿਫਰੈਂਟ ਥਿੰਗ। ਤਾਂ ਫਿਜ਼ੀਕਲੀ ਹੈਂਡੀਕੈਪਡ ਹੋ ਕੇ ਉਹ 2017 ਦੇ ਵਿੱਚ ਉਹ ਸਟੂਡੈਂਟ ਪ੍ਰੈਪਰੇਸ਼ਨ, ਗ੍ਰੈਜੂਏਸ਼ਨ ਤੋਂ ਬਾਅਦ ਪ੍ਰੈਪਰੇਸ਼ਨ, ਉਹਨੇ ਡ੍ਰੀਮ ਦੇਖਿਆ ਤਾਂ ਦੇਖਿਆ ਕਿਹੜਾ? ਯੂਪੀਐਸਸੀ ਦਾ। ਇੰਨਾ ਬੜਾ ਡ੍ਰੀਮ 2022 ਦੇ ਵਿੱਚ ਉਸਨੇ ਇਸ ਚੈਲੰਜਸ ਦੇ ਨਾਲ ਯੂਪੀਐਸਸੀ ਕੁਆਲੀਫਾਈ ਕੀਤਾ, ਵਨ ਆਫ ਦਾ ਟਫੈਸਟ ਐਗਜ਼ਾਮ। ਬਿਲਕੁਲ ਆਈਏਐਸ ਸਿਲੈਕਟ ਹੋਇਆ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਐਕਸਕਿਊਜ਼ ਹੁੰਦੇ ਆ ਨਾ ਕਿ ਜੀ ਆਹ ਸਿਰ ਦਰਦ ਕਰਨ ਲੱਗ ਗਿਆ, ਜੀ ਆਹ ਪਿਆ, ਆਹ ਹੋ ਗਿਆ, ਜੀ ਆਹ ਹੋ ਗਿਆ, ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ?